ਚੱਪ ਕਰ ਇੱਧਰ ਆ ਬਣਾਉਂਦੇ ਤਾਂ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਗਲੀ ਦੇ ਵਿੱਚ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਇਸ ਸੰਬੰਧੀ ਮਹਿਲਾ ਨੇ ਦੱਸਿਆ ਕਿ ਸ਼ਾਮ ਨੂੰ ਕੰਮ ਤੋਂ ਵਾਪਸ ਆਉਂਦੇ ਸਮੇਂ ਕੁਝ ਨੌਜਵਾਨਾਂ ਨੇ ਉਸ ਨੂੰ ਗਾਲਾਂ ਕੱਢੀਆਂ ਸੀ ਅਤੇ ਧਮਕੀ ਦਿੱਤੀ ਸੀ ਅਤੇ ਫਿਰ ਉਹ ਅਗਲੇ ਦਿਨ ਆਉਂਦੇ ਨੇ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ 'ਤੇ ਹਮਲਾ ਕਰ ਦਿੰਦੇ ਨੇ ਜਿਸ ਦੇ ਵਿੱਚ ਉਸਦੇ ਕੱਪੜੇ ਵੀ ਫਟ ਜਾਂਦੇ ਨੇ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਅਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਾਂ ਦੱਸ ਦੇ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਇਸ ਸੰਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖ ਸਕਦੇ ਹੋ ਕਾਫ਼ੀ ਚੀਕ ਚਿਹਾੜਾ ਪੈ ਰਿਹਾ ਅਤੇ ਗਲੀ ਦੇ ਵਿੱਚ ਕਾਫ਼ੀ ਇਕੱਠ ਹੋਇਆ। ਤਾਂ ਮਹਿਲਾ ਦੇ ਕਹਿਣ ਮੁਤਾਬਿਕ ਉਸਦੇ ਘਰ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਵੜ ਕੇ ਹਮਲਾ ਕੀਤਾ ਗਿਆ। ਤਾਂ ਇਸ ਸੰਬੰਧੀ ਉਸਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਕੰਮ ਤੋਂ ਵਾਪਸ ਆ ਰਹੀ ਸੀ ਤਾਂ ਪੈਟਰੋਲ ਪੰਪ ਦੇ ਉੱਤੇ ਕੁਝ ਨੌਜਵਾਨ ਸੀ ਜਿਹੜੇ ਉਸਨੂੰ ਗਾਲਾਂ ਕੱਢਦੇ ਨੇ ਅਤੇ ਉਸਨੂੰ ਧਮਕੀ ਵੀ ਦਿੰਦੇ ਨੇ। ਤਾਂ ਅਗਲੀ ਸਵੇਰ ਇਹ ਨੌਜਵਾਨ ਮੌਕੇ 'ਤੇ ਘਰੇ ਵੜਦੇ ਨੇ ਅਤੇ ਉਸਦੇ ਨਾਲ ਕੁੱਟਮਾਰ ਕਰਨ ਲੱਗ ਜਾਂਦੇ ਨੇ ਜਿਸ ਕਾਰਨ ਇਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਅਤੇ ਇਸਦੇ ਕੱਪੜੇ ਵੀ ਫਟ ਜਾਂਦੇ ਨੇ। ਤਾਂ ਇਸ ਸੰਬੰਧੀ ਹੁਣ ਉਸਨੇ ਪੁਲਿਸ ਕੋਲ ਦਰਖਾਸਤ ਲਾਈ ਹੈ ਕਿ ਇਸ ਮਾਮਲੇ ਦੇ ਵਿੱਚ ਉਸਨੂੰ ਇਨਸਾਫ ਦਿੱਤਾ ਜਾਵੇ। ਸਰ ਮੈਂ ਰਾਤੀ ਨਾ ਕੰਮ ਤੋਂ ਆਉਂਦੀ ਪਈ ਸੀ, 10 ਵਜੇ ਦੀ ਗੱਲ ਹੈ। ਇਹਨਾਂ ਨੇ ਮੈਂ ਨਾ ਪਿੱਛੋਂ ਆ ਗਈ, ਵਧੀਆ ਆ ਗਈ, ਪਿੱਛੇ ਪੈਟਰੋਲ ਪੰਪ ਤੱਕ ਮੈਨੂੰ ਕੋਈ ਚੀਜ਼ ਮਿਲੀ, ਮੈਂ ਉੱਥੇ ਉੱਤਰ ਗਈ। ਉੱਥੋਂ ਉੱਤਰ ਕੇ ਮੈਂ ਘਰ ਆਉਣ ਲੱਗੀ, ਉੱਥੇ ਪਵਾਉਂਦੇ ਸੀ ਤੇਲ, ਤੇਲ ਪਵਾਉਣ ਲੱਗੇ ਨਾਲ ਮੈਨੂੰ ਬਸ ਬਹੁਤ ਗੰਦੀ ਤੋਂ ਗੰਦੀ ਗਾਲ ਕੱਢੀ। ਮੈਨੂੰ ਕਹਿੰਦੇ ਵੀ ਤੇਰੀ ਸਵੇਰੇ ਪੈ ਦੇਣਾ ਸੀ, ਤੈਨੂੰ ਸਵੇਰੇ ਮਿਲਨੇ ਆ। ਇਹ ਸਾਡੀ ਗਲੀ ਮਹੱਲੇ ਦੇ ਮਤਲਬ ਵਿਹੜੇ 'ਚ ਰਹਿੰਦੇ ਨੇ, ਨਾਲ ਹੀ ਹੈ ਸਾਡੇ ਗੁਆਂਢੀ। ਅੱਛਾ, ਸੁਬਾ ਮੈਂ ਲੈਣ ਗਈ ਪੇਸਟ, ਪੇਸਟ ਲੈਣ ਗਈ ਅਤੇ ਸੁਬਾ ਪਹਿਲਾਂ ਤਾਂ ਇੱਕ ਜਣਾ ਆਇਆ, ਮੈਨੂੰ ਇੱਥੋਂ ਬੱਕੀ ਪੈ ਗਿਆ ਆਪਦੇ ਘਰ ਜਾਣ ਖਿੱਚ ਕੇ ਲਿਜਾਂਦਾ ਸੀ ਵੀ ਮਤਲਬ ਵੀ ਮੈਂ ਨਾ ਉਹਨਾਂ 'ਚੋਂ ਕਾਬੂ ਆਈ। ਫਿਰ 5-6 ਜਣੇ ਆ ਗਏ, 5-6 ਜਣਿਆਂ ਤੋਂ ਬਾਅਦ ਕਿ ਫਿਰ ਮੈਂ ਘੱਟ ਘੱਟ 20-25 ਜਣੇ ਆ ਗਏ। 20-25 ਜਣਿਆਂ ਨੇ ਆ ਕੇ ਮਤਲਬ ਮੇਰੇ 'ਤੇ ਇੰਨਾ ਵੀ ਹੋ ਗਿਆ, ਮਤਲਬ ਬਹੁਤ ਜ਼ਿਆਦਾ ਮਾਰ ਕੁੱਟ ਕੀਤੀ। ਇਹਨਾਂ ਕੋਲ ਹਥਿਆਰ ਕਿਰਪਾਨਾਂ ਕਾਪੇ ਅਤੇ ਗੜਾਸੀ ਅਤੇ ਸੋਟੀਆਂ ਮਤਲਬ ਵਾਹਵਾ ਮੁਸਤਵੇ ਵਗੈਰਾ ਕਾਫੀ ਚੀਜ਼ਾਂ ਸੀ ਅਤੇ ਮੈਂ ਇਕੱਲੀ ਸਾਂ। ਹਾਂ ਵੀ 7 ਮੁੰਡੇ ਤਾਂ ਮੇਰੇ ਮਤਲਬ ਗੱਲ ਪੈ ਹੀ ਗਏ ਨੇ, ਬਹੁਤ ਜ਼ਿਆਦਾ ਹੀ ਆ ਵੀ ਉਹਨਾਂ ਨੇ ਇੰਨਾ ਜ਼ਿਆਦਾ ਮਾਰਿਆ ਉਹਨਾਂ ਨੇ, ਮਤਲਬ ਬਹੁਤ ਜ਼ਿਆਦਾ ਕੱਪੜੇ ਪਾੜਤੇ, ਮਤਲਬ ਪਿੱਛੇ ਬਹੁਤ ਜ਼ਿਆਦਾ ਵੀ ਮਤਲਬ ਮਾਰਿਆ। ਹਾਂਜੀ, ਥੋੜ੍ਹੀ ਦੇਰ ਬਾਅਦ ਕਿਤੇ ਮੇਰੇ ਭਰਾ ਨੂੰ ਪਤਾ ਲੱਗਾ, ਉਹ ਆਇਆ ਫਿਰ ਇਹਨਾਂ ਦੀ ਚੀਜ਼ ਫੜ ਕੇ ਮੇਰੇ ਭਰਾ ਨੇ ਮਤਲਬ ਕੰਟਰੋਲ ਕੀਤਾ, ਨਹੀਂ ਤਾਂ ਇਹਨਾਂ ਨੇ ਮੈਨੂੰ ਮਾਰ ਵੀ ਜਾਣਾ ਸੀ। ਹਾਂਜੀ, ਮਾਰਨ ਦੀ ਕੋਸ਼ਿਸ਼ ਕੀਤੀ ਫੁੱਲ ਇਹਨਾਂ ਨੇ। ਹਾਂਜੀ, ਨਹੀਂ ਪਾ ਸਕੀ ਸਰ, ਮੈਂ ਅੱਗੇ ਵੀ ਇੱਕ ਦਰਖਾਸਤ ਦੇ ਸਕੀ ਹਾਂ, ਮੈਂ ਥਾਣੇ ਵਿੱਚ ਕਹਿ ਚੁੱਕੀ ਹਾਂ ਵੀ ਇਹਨਾਂ ਨੇ ਮੇਰੇ 'ਤੇ ਹਮਲਾ ਕਰਨਾ, ਇਹਨਾਂ ਨੇ ਮੈਨੂੰ ਕਿਹਾ ਹੋਇਆ ਵੀ ਤੁਸੀਂ ਤੇਰੇ ਗੱਲ ਪੈਣਾ। ਪੁਲਿਸ ਨੇ ਫਿਰ ਵੀ ਨਹੀਂ ਇਸ ਚੀਜ਼ ਦਾ ਸਟੈਂਡ ਲਿਆ, ਪੁਲਿਸ ਨੇ ਫਿਰ ਵੀ ਇਸ ਚੀਜ਼ ਦਾ ਇਹ ਕਿਹਾ ਵੀ ਕੋਈ ਰਾਜ਼ੀਨਾਮਾ ਤੁਹਾਡਾ ਹੋ ਗਿਆ, ਜਦੋਂ ਲੜਾਈ ਹੋਵੇਗੀ ਵੇਖੀ ਜਾਏਗੀ। ਅੱਜ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ। ਹਾਂਜੀ ਸਰ, ਮੈਨੂੰ ਖਤਰਾ ਆਇਆ, ਮੇਰੇ ਹਨੇਰੇ ਸਵੇਰੇ ਦਾ ਕੰਮ ਹੈ, ਮੈਂ ਬਾਹਰ ਅੰਦਰ ਹਨੇਰੇ ਸਵੇਰੇ ਜਾਂਦੀ ਹਾਂ। ਇਹ ਔਰਤ ਮਜੀਦਪੁਰ ਦੀ ਰਹਿਣ ਵਾਲੀ ਹੈ, ਉਹਦੀ ਕੁੱਟਮਾਰ ਹੋਈ ਹੈ ਅਤੇ ਐਮਐਲਆਰ ਕੱਟ ਕੇ ਉਹਨੂੰ ਕਰ ਦਿੱਤਾ ਗਿਆ।
ਨਹੀਂ ਠੀਕ ਹੈ, ਬਾਕੀ ਦੇਖੋ ਐਕਸਰੇ ਹੋਣਗੇ ਤਾਂ ਪਤਾ ਲੱਗੇਗਾ। ਨਹੀਂ, ਇਹ ਜੀ ਦੇ ਨਹੀਂ ਡਿਸਕਲੋਜ਼ ਕਰ ਸਕਦੇ ਅਸੀਂ, ਬਸ ਉਹਦੇ ਸੱਟਾਂ ਲੱਗੀਆਂ ਹੋਈਆਂ। ਹਾਂਜੀ, ਐਮ ਐਲ ਆਰ ਘੱਟਤੀ ਹੋਈ ਹੈ, ਬਾਕੀ ਕੁਛ ਕਰ ਰਹੇਗਾ।